ਇੰਡੀਆ ਤੋਂ ਆ ਜੀ, ਇਸ ਟਾਈਮ ਕੁਵੈਤ ਦੇ ਵਿੱਚ ਫਸੇ ਹੋਏ ਆ ਤੇ 15 ਪੰਜਾਬ ਦੇ ਆ ਤੇ 20 ਯੂਪੀ ਦੇ ਆ ਤੇ 5 ਆਂਧਰਾ ਦੇ ਜੇ। ਹਾਂਜੀ ਭਗਵੰਤ ਮਾਨ ਜੀ, ਸਾਨੂੰ ਇਹਨਾਂ ਨੇ 2 ਮਹੀਨੇ ਹੋ ਗਏ ਸੈਲਰੀ ਨਹੀਂ ਦਿੱਤੀ ਤੇ ਨਾ ਰੋਟੀ ਦੇ ਪੈਸੇ ਦਿੱਤੇ ਜੇ। ਹੁਣ ਅਸੀਂ ਇੱਥੇ ਰੁਲਦੇ ਪਏ ਆ, ਅੰਬੈਸੀ ਜਾਂਦੇ ਅੰਬੈਸੀ ਨਹੀਂ ਸੁਣਦੀ ਪਈ ਤੇ ਅਸੀਂ ਛੋਣ ਚ ਜਾਂਦੇ ਆ ਕਿ ਇੱਥੇ ਜਿੱਥੇ ਸਾਡੇ ਵੀਜ਼ਾ ਇਸ਼ੂ ਹੋਇਆ ਜੀ ਉੱਥੇ ਜਾਂਦੇ ਪਏ ਆ, ਉਹ ਨਹੀਂ ਸਾਡੀ ਸੁਣਵਾਈ ਕਰਦੇ ਪਏ। ਹਾਂਜੀ ਭਗਵੰਤ ਮਾਨ ਜੀ, ਜਿੰਨਾ ਸਾਡੇ ਤੋਂ ਨੱਠ ਭੱਜ ਹੋਈ ਅਸੀਂ ਕੀਤੀ। ਹਾਂਜੀ ਤੇ ਹੁਣ ਸਾਡੀ ਹੈਲਪ ਕਰੋ, ਸਾਡੇ ਹੱਥ ਖੜੇ ਕਰਾਤੇ, ਨਾ ਸਾਡੇ ਕੋਲ ਰੋਟੀ ਦੇ ਪੈਸੇ ਆ ਜੀ, ਕੁਛ ਨਹੀਂ ਹੈ, ਅਸੀਂ ਰੁਲਦੇ ਪਏ ਆ। ਹਾਂਜੀ ਭਗਵੰਤ ਮਾਨ ਜੀ, ਤੁਹਾਡਾ ਬੜਾ ਆਸਾਨ ਹੋਊਗਾ ਤੇ ਸਾਨੂੰ ਇੱਥੋਂ ਕਢਾਇਆ ਜਾਵੇ। ਜੇ ਵੀਰੇ ਮੈਂ ਪਹਿਲੀ ਗਰੀਬ ਬੰਦਾ ਲੋਨ ਤੋਂ ਬੈਂਕ ਦੇ ਲੋਨ ਤੋਂ ਚੱਕ ਕੇ ਦਿੱਤੇ ਸੀਗੇ ਵੀਰੇ, ਤੇ ਮੈਨੂੰ ਉਹਨਾਂ ਨੇ ਇੱਥੇ ਲਿਆ ਕੇ ਪਸਾ ਦਿੱਤਾ ਹੈ ਤੇ ਮੈਨੂੰ ਇੱਥੇ ਵੀਰੇ ਸਾਰਾ ਦਿਨ ਕੁੱਟਦੇ ਮਾਰਦੇ ਹਨ ਤੇ ਜੇ ਮੈਂ ਬੋਸ ਨੂੰ ਬੋਲਦਾ ਤਾਂ ਬੋਸ ਨੇ ਮੇਰਾ ਪਰਸ ਤੇ ਸਾਰਾ ਡਾਕੂਮੈਂਟ ਉੱਥੇ ਮੇਰਾ ਪਾਸਪੋਰਟ ਖੋਲਿਆ ਜੀ, ਪੈਸੇ ਜੇ ਤੈਨੂੰ ਇੰਡੀਆ ਫੇਰ ਭੇਜੂਗਾ ਵੀਰੇ, ਮਜਬੂਰੀ 'ਚ ਆ ਕੇ ਮੈਨੂੰ ਸਾਰਾ ਕੁਛ ਕਰਨਾ ਪੈਂਦਾ ਹੈ ਵੀਰੇ। ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਇਕ ਦੇ ਸ਼ੇਅਰ ਕਰੋ, ਪੰਜਾਬ ਦੇ MP ਸ਼੍ਰੀ ਭਗਵੰਤ ਮਾਨ ਜੀ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰੋ ਵੀਰੇ, ਹੱਥ ਬੰਨ ਕੇ ਬੇਨਤੀ ਹੈ, ਦੱਬ ਕੇ ਸ਼ੇਅਰ ਕਰੋ ਅਤੇ ਇਹਨਾਂ 2 ਜਣਿਆਂ ਨੂੰ ਅਵਤਾਰ ਸਿੰਘ ਅਤੇ ਪੂਜਾ ਨੂੰ ਕਾਨੂੰਨੀ ਤੌਰ 'ਤੇ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਮੇਰਾ ਇਨਸਾਫ਼ ਮਿਲੇ। ਵੀਰ ਜੀ ਵੱਧ ਤੋਂ ਵੱਧ ਬੇਨਤੀ ਹੈ ਕਿ ਇਸ ਨੂੰ ਵੀਡੀਓ ਨੂੰ ਲਾਇਕ ਔਰ ਸ਼ੇਅਰ ਕਰੋ, ਮੈਂ ਭਗਵੰਤ ਮਾਨ ਜੀ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰੋ ਵੀਰੇ, ਮੈਂ ਇੱਥੇ ਫਸ ਗਿਆ ਹਾਂ। ਅਗਰ ਮੈਨੂੰ ਕੁਛ ਹੁੰਦਾ ਹੈ ਤਾਂ ਵੀਰੇ ਮੇਰੇ ਮੌਤ ਦਾ ਜ਼ਿੰਮੇਵਾਰ ਮੇਰੇ ਘਰ ਦੇ ਜਾਂ ਕੋਈ ਹੋਰ ਨਹੀਂ ਹੈਗਾ, ਅਤੇ ਵੀਰੇ ਇਹ ਦੋਨੇ ਨੇਗੇ, ਮੈਨੂੰ ਜੇ ਕੁਛ ਹੋ ਗਿਆ ਤਾਂ ਮੈਂ ਇਹ ਵੀਡੀਓ ਆਪਣੇ ਗਰੁੱਪ ਵਿੱਚ ਸੈਂਡ ਕਰਦਾ ਵੀਰੇ, ਵੱਧ ਤੋਂ ਵੱਧ ਲਾਇਕ ਦੇ ਸ਼ੇਅਰ ਕਰੋ ਵੀਰੇ, ਮੈਂ ਇਹਨਾਂ ਦਾ ਨੰਬਰ ਆਪਣੇ ਗਰੁੱਪ ਵਿੱਚ ਤੁਹਾਨੂੰ ਸੈਂਡ ਕਰਾਂਗਾ ਅਤੇ ਵੀਰੇ ਇਹਨੂੰ ਸਾਰਿਆਂ ਨੂੰ ਗਲਤੀ ਦਾ ਅਹਿਸਾਸ ਹੋਵੇ ਕਿ ਅੱਗੇ ਤੋਂ ਕਿਸੇ ਦੇ ਵੀਰੇ ਸਾਰੇ ਬੂਹੇ 2-3 ਬੰਦੇ ਹੋਰ ਫਸੇ ਹੁੰਦੇ, ਸਾਰੇ ਫਸਾ ਦਿੰਦੇ ਨੇ ਅਤੇ ਇਹਨਾਂ ਦਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਚੰਡੀਗੜ੍ਹ ਰਹਿੰਦੇ ਨੇ, ਉੱਥੇ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਦਫ਼ਤਰ ਆ ਵੀਰੇ, ਉੱਥੇ ਇਹ ਕੰਮ ਕਰਦੇ ਹਨ ਅਤੇ ਵੀਰੇ ਮੈਨੂੰ ਵੱਧ ਤੋਂ ਵੱਧ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਵੀਰੇ, ਇਹਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੈਨੂੰ ਮੇਰੀ ਗੱਲ ਮੈਨੂੰ